ਦੋ ਗੱਲ ਨਾ ਸਮਝੰਦੀ ਹੈਗੀਆਂ ਪੰਜਾਬ ਪ੍ਰੋਡਿਊਸਸ ਤਕਰੀਬਨ 200 ਲੱਖ ਟਨ ਦਾ ਸਟਬਲ ਪੈਦਾ ਹੁੰਦਾ ਹੈ ਤੁਸੀਂ ਉਹਦੀ ਨਾ ਸਰਕਾਰ ਦੀ ਕਪੈਸਿਟੀ ਹੈ ਨਾ ਪ੍ਰਾਈਵੇਟ ਸੈਕਟਰ ਦੀ ਕਪੈਸਿਟੀ ਹੈ ਕਿ ਉਹਨਾਂ ਮੈਨੇਜ ਕਰ ਸਕਣ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਸਰਕਾਰਾਂ ਕਿਉਂ ਇਸ ਗੱਲ ਤੇ ਪੈਰ ਪਿੱਛੇ ਖਿੱਚਦੀਆਂ ਹੈਗੀਆਂ ਕਿ ਅਸੀਂ ਕਿਸਾਨਾਂ ਨੂੰ ਪੈਸੇ ਨਹੀਂ ਦੇਣੇ ਅਸੀਂ ਮਸ਼ੀਨਾਂ ਵਾਸਤੇ ਪੈਸੇ ਦੇ ਦੇਣੇ ਕੋਈ ਇਫੈਕਟਿਵਲੀ ਸੋਚਿਆ ਜਾਏ ਦੇਖਿਆ ਜਾਏ ਤਾਂ ਇੱਕ ਗੱਲ ਸਪਸ਼ਟ ਹੈ ਕਿ ਕੋਈ ਮਸ਼ੀਨ ਨਹੀਂ ਹੈ ਜਿਹੜੀ ਕਿ ਇਹਦੇ ਵਾਸਤੇ ਬਣਾਈ ਗਈ ਸਗੀ ਯਾਨੀ ਜਿਹੜੀ ਇਸ ਵਾਸਤੇ ਬਣਾਈ ਗਈ ਕਿ ਇਸ ਡਬਲ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਕਿਸਾਨ ਇਹ ਕਹ ਰਹੇ ਕਿ ਮੈਨੂੰ ਤੁਸੀਂ ਉਸ ਟਾਈਮ ਔਰ ਐਫਰਟ ਨੂੰ ਕੰਪਨਸੇਟ ਕਰ ਦਿਓ ਵਾਟ ਇਜ਼ ਰੌਂਗ ਇਨ ਥੈਟ ਜਿਵੇਂ ਅਸੀਂ ਡੀਏ ਦੀ ਇਨਸਟਾਲਮੈਂਟ ਹਰ ਸਾਲ ਦੇ ਸਕਦੇ ਹਾਂ 6 ਮਹੀਨੇ ਵਿੱਚ 4000 ਕੋਟ ਦੇ ਆਸ-ਪਾਸ ਵਾਈ ਕਾਂਟ ਬੀ ਪੇ ਥਿਸ ਫਾਰਮਰਸ ਆਲਸੋ ਆਫਟਰ ਆਲ ਸਿੰਸ ਸੋਸਾਇਟੀਜ਼ ਬਾਕ ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਿਜਲਵਾਨ 42 60 ਦੇ ਮਾਮਲੇ ਜਿਹੜੇ ਪੰਜਾਬ ਦੇ ਵਿੱਚ 24000 ਤੋਂ ਵੱਧ ਹੋ ਚੁੱਕੇ ਹਨ ਲੇਕਿਨ ਸਭ ਤੋਂ ਵੱਡੀ ਗੱਲ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਕਿਸਾਨਾਂ ਦੇ ਬਲੇ ਅਧਿਕਾਰੀਆਂ ਨੂੰ ਫੜੇ ਜਾਣ ਦੀ ਤਸਵੀਰਾਂ ਵਾਇਰਲ ਹੋ ਰਹੀਆਂ ਵੀਡੀਓਜ਼ ਵਾਇਰਲ ਹੋ ਗਈਆਂ ਲੇਕਿਨ ਹਲਕੀ ਹੈ ਇਸ ਨੂੰ ਲੈ ਕੇ ਐਗਰੀਕਲਚਰ ਐਕਸਪਰਟ ਜਿਹਨੇ ਡਾਕਟਰ ਦਵਿੰਦਰ ਸ਼ਰਮਾ ਨਾਲ ਗੱਲ ਕਰਾਂਗੇ ਸਰ ਸੋਸ਼ਲ ਮੀਡੀਆ ਤਾਂ ਬਹੁਤ ਕੁਝ ਦਿਖਾਂਦਾ ਹੈ ਲੇਕਿਨ ਅਸਲ ਦੇ ਵਿਚਕਾਰ ਕਿਸਾਨਾਂ ਦੀ ਆਵਾਜ਼ ਕੌਣ ਸੁਨੇਗਾ ਹੱਥ ਕੌਣ ਫੜੇਗਾ ਇਹ ਬਹੁਤ ਮਹੱਤਵਪੂਰਨ ਸਵਾਲ ਇਸ ਕਰਕੇ ਹੈ ਕਿ ਜੋ ਸੋਸ਼ਲ ਮੀਡੀਆ ਵਿੱਚ ਆਈ ਇਵਨ ਮੀਡੀਆ ਵਿੱਚ ਜਿਹੜੇ ਰਿਪੋਰਟ ਹੋਟਿੰਗ ਹੋ ਰਹੀ ਹੈ ਯਾ ਜਿਹੜੇ ਖਿਆਲ ਆਂਦੇ ਹੈਗੇ ਬੇਸਿਕਲੀ ਦੇ ਆਰ ਆਲ ਟਾਰਗੇਟਿੰਗ ਦੀ ਫਾਰਮਰ ਸਭ ਨੂੰ ਇਹ ਲੱਗਦਾ ਕਿ ਬਈ ਕਿਸਾਨ ਜਿਹੜਾ ਹੈਗਾ ਦੋਸ਼ੀ ਹੈ ਔਰ ਇਕਲ ਕਿਉਂਕਿ ਉਹ ਐਸੀ ਲੋਅਰ ਸਟ੍ਰਾਟਾ ਚ ਆਂਦਾ ਹੈਗਾ ਤਾਂ ਇਟ ਇਜ਼ੀਅਰ ਟੂ ਬੀਟ ਅਰਾਊਂਡ ਥੈਟ ਕਮਿਊਨਿਟੀ ਸੋ ਇਸ ਕਰਕੇ ਇਸ ਸਭ ਜਗ੍ਹਾ ਸੇ ਦੇਖ ਰਹੇ ਹਾਂ ਬਟ ਥਿਸ ਪ੍ਰੋਬਲਮ ਅਸੀਂ ਘੱਟ ਤੋਂ ਘੱਟ ਲੇਟਲੀ ਕਹੀ ਹੈ ਤਾਂ ਅਸੀਂ 8-10 ਸਾਲ ਤੋਂ ਇਹ ਪ੍ਰੋਬਲਮ ਹਰ ਸਾਲ ਦੇਖ ਰਹੇ ਹਾਂ ਔਰ ਹਰ ਸਾਲ ਜਿਹੜਾ ਹੈਗਾ ਬੜੇ ਬੜੇ ਸੁਝਾਅ ਵੀ ਆਂਦੇ ਹੈਗੇ ਕਿ ਵੀ ਇਹ ਕਰਨਾ ਚਾਹੀਦਾ ਇੰਡਸਟਰੀ ਲਗਾਣੀ ਚਾਹੀਦੀ ਹੈ ਕਿ ਇਹ ਯਾ ਮਲਚਿੰਗ ਕਰਨੀ ਚਾਹੀਦੀ ਫਾਰਮਰਸ ਨੇ ਬਹੁਤ ਕੁਝ ਐਸੇ ਸੁਣਦੇ ਹੈਗੇ ਬਟ ਦੀ ਫੈਕਟਰ ਦੀ ਮੈਟਰ ਇਸ ਦੋ ਗੱਲਾਂ ਸਮਝਣ ਦੀ ਹੈਗੇ ਪੰਜਾਬ ਪ੍ਰੋਡਿਊਸਸ ਤਕਰੀਬਨ 200 ਲੱਖ ਟਨ ਦਾ ਸਟਬਲ ਪੈਦਾ ਹੁੰਦਾ 200 ਲੱਖ ਟਨ ਦਾ ਜਿਹੜਾ ਹੈਗਾ ਇਮੇਜਿਨ ਦੀ ਵੋਲਿਊਮ ਤੁਸੀਂ ਉਹਦੀ ਨਾ ਸਰਕਾਰ ਦੀ ਕਪੈਸਿਟੀ ਹੈ ਨਾ ਪ੍ਰਾਈਵੇਟ ਸੈਕਟਰ ਦੀ ਕਪੈਸਿਟੀ ਹੈ ਕਿ ਉਹਨਾਂ ਨੂੰ ਮੈਨੇਜ ਕਰ ਸਕਣ ਜਦ ਕਿਸਾਨ ਖੁਦ ਕਹਿ ਰਹੇ ਹੈਗੇ ਕਿ ਬਈ ਜਦ ਕੋਈ ਮੈਨੇਜ ਨਹੀਂ ਕਰ ਪਾਏਗਾ ਤਾਂ ਆਫਟਰ ਆਲ ਉਹਨਾਂ ਦੀ ਪ੍ਰੋਬਲਮ ਹੈਗੀ ਹੈ ਐਂਡ ਦੇ ਵਿਲ ਬੀ ਏਬਲ ਟੂ ਮੈਨੇਜ ਇਫੈਕਟਿਵਲੀ ਅਗਰ ਸਰਕਾਰ ਉਹਨਾਂ ਨੂੰ ਕੁਝ ਇਨਸੈਂਟਿਵ ਦੇ ਦੇ ਔਰ ਇਹ ਵੀ ਗੱਲ ਨਵੀਂ ਨਹੀਂ ਹੈਗੀ ਆ ਆਈ ਥਿੰਕ ਸਕਸੈਸਿਵ ਚੀਫ ਮਿਨਿਸਟਰਸ ਵੀ ਇਹ ਗੱਲ ਪੁਸ਼ ਕਰਦੇ ਆਏ ਹੈਗੇ ਸੈਂਟਰ ਨੂੰ ਕਿ ਕਿ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ 2000 ਜਾਂ 25000 ਰੁਪਏ ਪਰ ਏਕੜ ਦਾ ਬੋਨਸ ਦੇ ਦਿਓ ਜਾਂ ਇਨਸੈਂਟਿਵ ਦੇ ਦਿਓ ਬਿਕੋਜ਼ ਇਹ ਸਮਝਣਾ ਹੈਗਾ ਕਿ ਪੰਜਾਬ ਦੇ ਕਿਸਾਨ ਦੀ ਜਿਹੜੀ ਐਵਰੇਜ ਇਨਕਮ ਹੈ ਉਹ ਚਪੜਾਸੀ ਦੀ ਇਨਕਮ ਤੋਂ ਘੱਟ ਹੈਗੀ ਹੈ ਸੋ ਉਹ ਕਿਸ ਤਰ੍ਹਾਂ ਐਡੀਸ਼ਨਲ ਖਰਚੇ ਕਰਦੇ ਜਾਏਗਾ ਜਿਸ ਤਰ੍ਹਾਂ ਕਿ ਬੋਲਿਆ ਜਾਂਦਾ ਹੈਗਾ ਔਰ ਉਹ ਕਹਿੰਦੇ ਆ ਕਿ ਅਸੀਂ ਛੋਟੀ ਵਿੰਡੋ ਹੁੰਦੀ ਸਾਡੇ ਕੋਲ 2-3 ਹਫ਼ਤੇ ਦਾ ਪੀਰੀਅਡ ਹੁੰਦਾ ਹੈਗਾ ਜਦ ਅਸੀਂ ਕਟਾਈ ਕਰਨੀ ਹੈਗੀ ਹੈ ਝੋਨੇ ਦੀ ਤਾਂ ਬੋਆਈ ਕਰਨੀ ਹੈਗੀ ਹੈ ਕਣਕ ਦੀ ਤਾਂ ਉਹਦੇ ਵਿੱਚ ਪੀਰੀਅਡ ਵਿੱਚ ਅਸੀਂ ਮੈਨੇਜ ਕਰ ਲਵਾਂਗੇ ਜਦੋਂ ਕਲੇਮ ਕਰ ਰਹੇ ਹੈਗੇ ਹਰ ਸਾਲ ਇਹ ਬੋਲਦੇ ਹੈਗੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਸਰਕਾਰਾਂ ਕਿਉਂ ਇਸ ਗੱਲ ਤੇ ਪੈਰ ਪਿੱਛੇ ਖਿੱਚਦੀਆਂ ਹੈਗੀਆਂ ਕਿ ਅਸੀਂ ਕਿਸਾਨਾਂ ਨੂੰ ਪੈਸੇ ਨਹੀਂ ਦੇਣੇ ਅਸੀਂ ਮਸ਼ੀਨਾਂ ਵਾਸਤੇ ਪੈਸੇ ਦੇ ਦੇਣੇ ਹੈਗੇ ਸੋ ਮਸ਼ੀਨਾ ਤੇ ਮਸ਼ੀਨਾ ਮਸ਼ੀਨਾ ਤੇ ਮਸ਼ੀਨਾ ਮਸ਼ੀਨਾ ਤੇ ਮਸ਼ੀਨਾ ਆਈ ਐਮ ਸ਼ੋਰ ਕਿ ਪੰਜਾਬ ਕੋਲ ਹੁਣ ਜਿਹੜਾ ਪ੍ਰੋਬਲਮ ਹੈਗਾ ਇਹ ਤਾਂ ਸੀਰੀਅਸ ਹੈ ਹੀ ਹੈ ਪਰ ਇੱਕ ਆਉਣ ਵਾਲੇ ਸਾਲਾਂ ਵਿੱਚ ਇੱਕ ਹੋਰ ਪ੍ਰੋਬਲਮ ਆਉਣ ਵਾਲਾ ਹੈਗਾ ਕਿ ਪੰਜਾਬ will become a junk yard for machines ਪਰ ਇੰਨੀ ਇੰਨੀ ਲੱਖ ਮਸ਼ੀਨਾ ਹੋਣ ਦੇ ਬਾਵਜੂਦ ਵੀ ਇਹ ਪ੍ਰਾਲੀ ਜੇ ਹੈਗੀ ਹੈ ਕਿਉਂ ਨਹੀਂ ਸਾੜ ਰਹੇ ਨੇ ਕਿਉਂ ਉੱਥੇ ਜੇ ਹੈ ਦਿੱਕਤ ਆ ਰਹੀ ਹੈ ਕਿਉਂ ਕਿਸਾਨ ਨਹੀਂ ਚਾਹੁੰਦੇ ਮਸ਼ੀਨਾਂ ਦਾ ਇਸਤੇਮਾਲ ਕਰਨਾ ਜੋ ਹੈਪੀ ਸੀਡ ਦੀ ਗੱਲ ਆ ਪਾ ਕਰ ਰਹੇ ਦੇਖੋ ਇਫੈਕਟਿਵਲੀ ਸੋਚਿਆ ਜਾਏ ਦੇਖਿਆ ਜਾਏ ਤਾਂ ਇੱਕ ਗੱਲ ਸਪਸ਼ਟ ਹੈ ਕਿ ਕੋਈ ਮਸ਼ੀਨ ਨਹੀਂ ਹੈ ਜਿਹੜੀ ਕਿ ਇਹਦੇ ਵਾਸਤੇ ਬਣਾਈ ਗਈ ਸਗੀ ਯਾਨੀ ਜਿਹੜੀ ਇਸ ਵਾਸਤੇ ਬਣਾਈ ਗਈ ਕਿ ਇਸ ਟਬਲ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਐਕਚੁਅਲੀ ਜਿਹੜਾ ਪ੍ਰੋਬਲਮ ਹੈ ਸਟਬਲ ਦਾ ਇਟ ਹੈਸ ਬੀਨ ਕ੍ਰੀਏਟਿਡ ਬਾਈ ਕੰਬਾਈਨ ਹਾਰਵੈਸਟਰ ਕੰਬਾਈਨ ਹਾਰਵੈਸਟਰ ਤੇ ਆਨ ਤੋਂ ਪਹਿਲੇ ਪ੍ਰੋਬਲਮ ਨਹੀਂ ਸੀਗੀ ਜਿਸ ਤਰ੍ਹਾਂ ਜਿਸ ਤਰ੍ਹਾਂ ਕੰਬਾਈਨ ਹਾਰਵੈਸਟਰ ਦੇ ਅੰਡਰ ਰਖਵਾ ਬਜਾੜੇ ਵੱਧਦਾ ਗਿਆ ਉਸ ਤਰ੍ਹਾਂ ਹੀ ਇਹ ਪ੍ਰੋਬਲਮ ਜਾਦੇ ਵੱਧਦੀ ਗਈ ਚਲਦੀ ਗਈ ਮੇਰਾ ਮੰਨਣਾ ਹੈ ਕਿ ਅਗਰ ਅਸੀਂ ਪੋਲਿਊਟਰ ਪੇਸ ਪ੍ਰਿੰਸੀਪਲ ਨੂੰ ਅਪਲਾਈ ਕਰਦੇ ਹਾਂ ਜੋ ਕਿ এনवायरमेंट ਵਿੱਚ ਕਹੀ ਜਾਂਦੀ ਹੈ ਤਾਂ ਕਿਉਂ ਨਹੀਂ ਕਿ ਕੰਬਾਈਨ ਹਾਰਵੈਸਟਰ ਨੂੰ ਵੀ ਪੋਲਿਊਟਰ ਪੇਸ ਦੇ ਪ੍ਰਿੰਸੀਪਲ ਨਾਲ ਉਹਨਾਂ ਨੂੰ ਉਹਨਾਂ ਨੂੰ ਵੀ ਇੱਕ ਜਿਹੜਾ ਹੈਗਾ ਉਹਦਾ ਟੂ ਟੇਕ ਦੀ ਕਾਈਂਡ ਆਫ ਅ ਬਰਡਨ ਜਿਹੜਾ ਹੈ ਕਿਸਾਨਾਂ ਦੇ ਉੱਪਰ ਜਿਹੜਾ ਆਣਾ ਚਾਹੀਦਾ ਹੈ ਜਿਹੜਾ ਉਹਦੇ ਕੰਪਨਸੇਸ਼ਨ ਜਿਹੜੀ ਹੈਗੀ ਹੈ ਇਟ ਸ਼ੁੱਡ ਬੀ ਟੇ ਕੰਬਾਈਨ ਹਾਰਵੈਸਟਰ ਇੱਕ ਗੱਲ ਤਾਂ ਇਹ ਹੈਗੀ ਹੈ ਅੱਛਾ ਮਸ ਇੱਥੇ ਮੈਂ ਇੱਕ ਲੋਕ ਨਾ ਚਾਹੂੰਗੀ ਕੰਬਾਈਨ ਹਾਰਵੈਸਟ ਦੀ ਤੁਸੀਂ ਗੱਲ ਕਰ ਰਹੇ ਹੋ ਬਹੁਤ سارے ਲੋਕ ਜੋ ਹਮੇਸ਼ਾ ਕਿਸਾਨਾਂ ਨੂੰ ਕੁਝ ਨਾ ਕੁਝ ਪਰਾਲੀ ਸਾੜਨ ਨੂੰ ਲੈ ਕੇ ਇਕ ਵਾਈ ਨੂੰ ਲੈ ਕੇ ਗੱਲ ਕਰਦੇ ਨੇ ਉਹਨਾਂ ਨੂੰ ਸਮਝਾਓ ਕੰਬਾਈਨ ਹਾਰਵੈਸਟ ਹੁੰਦਾ ਕੀ ਹੈ ਤੇ ਉਸ ਦੇ ਨਾਲ ਕੀ ਜਿਹੇ ਫਾਇਦੇ ਹੋ ਸਕਦੇ ਨੇ ਉਹ ਕੰਬਾਈਨ ਹਾਰਵੈਸਟਰ ਉਹ ਮਸ਼ੀਨ ਹੈਗੀ ਹੈ ਜਿਹੜੀ ਕਿ ਆਪਾਂ ਜਾਣਦੇ ਆ ਕਿ ਹਾਰਵੈਸਟਿੰਗ ਕਰਦੀ ਹੈ ਲੇਕਿਨ ਉਹਦੇ ਵਿੱਚ ਇੱਕ ਪ੍ਰੋਬਲਮ ਹੈਗੀ ਹੈ ਉਹ ਮਸ਼ੀਨਾਂ ਬਾਹਰੋਂ ਆਉਂਦੀਆਂ ਅਸੀਂ ਉਹਨਾਂ ਕਾਪੀ ਪੇਸਟ ਕਰਦੇ ਹੈਗੇ ਆ ਜਾਂ ਸਾਡੇ ਮਿਸਤਰੀ ਉਹਨਾਂ ਕਾਪੀ ਕਰ ਲੈਂਦੇ ਹੈਗੇ ਐਂਡ ਵੀ ਟ੍ਰਾਈ ਟੂ ਪੁਸ਼ ਦੋਜ਼ ਮਸ਼ੀਨਸ ਪੰਜ ਜਿਹੜੇ ਅਸੀਂ ਨਾਰਮਲੀ ਜਦ ਕਣਕ ਨੂੰ ਅਸੀਂ ਜਾਂ ਝੋਨੇ ਨੂੰ ਕੱਟਦੇ ਹੈਗੇ ਤਾਂ ਅਸੀਂ ਰੂਟ ਤੋਂ ਬਾਈ ਮੈਨੂਅਲੀ ਜੇ ਕਰਦੇ ਆ ਤਾਂ ਰੂਟ ਤੋਂ ਕੱਟਦੇ ਹੈਗੇ ਇਹਦੇ ਇਸ ਕੇਸ ਵਿੱਚ ਕੀ ਹੋਇਆ ਕਿ ਉਹ 9 ਇੰਚ ਦੇ ਕਰੀਬਨ ਉਹ ਛੱਡ ਦਿੰਦਾ ਸਟੱਬਲ ਔਰ ਉਹ ਉਪਰੋਂ ਕੱਟ ਲੈਂਦਾ ਜਿਸ ਤੇ ਉਹ ਦਾਣੇ ਦਾ ਉਹ ਹੁੰਦਾ ਹੈ ਸਪਾਈਕ ਹੁੰਦੀ ਹੈ ਉਹ ਕੱਟ ਲੈਂਦਾ ਹੈਗਾ ਤਾਂ ਜਿਹੜਾ ਸਟੱਬਲ ਹੈ ਉਹ ਖੜਾ ਰਹਿ ਜਾਂਦਾ ਹੈ ਉਹ ਜਿਹੜਾ ਸਟੱਬਲ ਹੈ ਉਹ ਪ੍ਰੋਬਲਮ ਹੈਗਾ ਔਰ ਜਿਸ ਨਾਲ ਜਿਸ ਦਾ ਰਕਬਾ ਵੱਧਦਾ ਗਿਆ ਕਮਬਾਈਨ ਹਾਰਵੈਸਟਰ ਦੇ ਅੰਡਰ ਉਹਨਾਂ ਇਹ ਪੋਲੂਸ਼ਨ ਦਾ ਪ੍ਰੋਬਲਮ ਹੋਰ ਹਿਊਜ ਹੋ ਗਿਆ ਸੋ ਕਹਿੰਦੇ ਆ ਮਤਲਬ ਹੈ ਕਿ ਦੈਟ ਰਿਸਪੋਨਸਿਬਿਲਟੀ ਲਾਈਜ਼ ਵਿਦ ਕੰਬਾਈਨ ਹਾਰਵੈਸਟਰ ਐਂਡ ਲੈਟਸ ਅਕਸੈਪਟ ਕਿ ਟੈਕਨੋਲੋਜੀ ਦੀ ਵੀ ਪ੍ਰੋਬਲਮ ਹੁੰਦੀ ਹੈਗੀ ਐ ਸੋ ਇਟ ਇਜ਼ ਟਾਈਮ ਟੂ ਆਲਸੋ ਆਸਕ देम ਟੂ ਬੀ ਟੂ ਹੈਲਪ ਥੋ ਹੋਲਡ ਥੈਮ ਅਕਾਊਂਟੇਬਲ ਔਰ ਜਿੰਨਾ ਉਹਨਾਂ ਤੇ ਅਸੀਂ ਲੈ ਸਕਦੇ ਆ ਉਹ ਵੀ ਗੱਲ ਕਰੀਏ ਕਿ ਉਹਨਾਂ ਤੋਂ ਜਿੰਨਾ ਅਸੀਂ ਕੰਪਨਸੇਸ਼ਨ ਲੈ ਸਕਦੇ ਆ ਫਾਰ ਦੀ ਫਾਰ ਦੀ ਕਾਈਂਡ ਆਫ ਜਿਹੜੀ ਐਕਚੁਅਲੀ ਟੈਕਨੋਲੋਜੀ ਨੇ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਸੋ ਆਈ ਥਿੰਕ ਦੈਟ ਇਜ਼ ਆਲਸੋ ਰਿਸਪੋਨਸਿਬਿਲਟੀ ਦੂਸਰੀ ਗੱਲ ਹੈ ਜੇ ਤੁਸੀਂ ਕਿਹਾ ਸੀ ਹੈਪੀ ਸੀਡਰ ਦੀ ਗੱਲ ਹੈ લા લેnde ਆਪਣੇ ਉਤੇ ਬਾਅਦ ਫਿਰ ਉਹ ਹੈਪੀ ਸੀਡਰ ਨੂੰ ਯੂਜ਼ ਕਰਦੇ ਹੈਗੇ ਦੂਸਰੀ ਗੱਲ ਹੈ ਕਿ ਜਿਹੜਾ ਸਮਾਲ ਫਾਰਮਰ ਹੈ ਉਹਦੇ ਕੋਲ ਉਹ ਵੀ ਫੈਸਿਲਿਟੀ ਨਹੀਂ ਹੈਗੀ ਹੈ ਇੰਟਰਸਟਿੰਗਲੀ ਤੁਸੀਂ ਸਿਰਫ ਹੈਪੀ ਸੀਡਰ ਨਹੀਂ ਵੇਚਦੇ ਹੋ ਤੁਸੀਂ 4-5 ਮਸ਼ੀਨਾਂ ਇਕੱਠੀਆਂ ਵੇਚਦੇ ਹੋ ਕਿਸਾਨਾਂ ਨੂੰ ਇੱਕ ਤਾਂ ਹੈਪੀ ਸੀਡਰ ਹੋ ਗਿਆ ਉਹਦੇ ਲਾਵਾ ਮਲਚਰ ਚਾਹੀਦਾ ਤੁਹਾਨੂੰ ਬੇਲਰ ਚਾਹੀਦਾ ਹੈਗਾ ਤੁਹਾਨੂੰ ਰੋਟਾਵੇਟਰ ਚਾਹੀਦਾ ਹੈ ਉਹਦੇ ਬਾਅਦ ਤੁਹਾਨੂੰ ਈਵਨ ਟਰੈਕਟਰ ਦੀ ਵੀ ਹਾਰਸਪਾਵਰ ਜ਼ਿਆਦਾ ਹੋਣੀ ਚਾਹੀਦੀ ਕੋਈ ਰੋਟਾਵੇਟਰ ਉਸ ਉੱਤੇ ਨਹੀਂ ਚਲੇਗਾ ਸੋ 5-6 ਮਸ਼ੀਨਾਂ ਦਾ ਇੱਕ ਪੈਕੇਜ ਜਾ ਰਿਹਾ ਹੈਗਾ ਔਰ ਇਹ ਉਹ ਸਟੇਟ ਹੈਗੀ ਜਿਹਦੇ অলরেডি 1 লক্ষ ট্রাকਟਰ دی ضرورت ਹੈ ਗਈ ਹੈ ਉਹਨਾਂ ਕੋਲ 5 লক্ষ ট্রাকਟਰ ਹੈਗੇ ਸੋ অলরেডি ਵੀ ਆਰ ওভারਲੋਡਡ ਜਿਹਦੇ ਕਰਕੇ ਅਗਰੀਕਲਚਰ ਡਿਸਟ्रेस ਬੜਿਆ ਹੈਗਾ ਤੁਸੀਂ ਹੋਰ ਮਸ਼ੀਨਾਂ ਉਹਨਾਂ ਦੇ ਜਿਹਾ ਚਾਹੇ 50% ਤੇ ਦਿਓ ਚਾਹੇ ਤੁਸੀਂ 80% ਤੇ ਦਿਓ ਯੂ ਆਰ ਐਕਚੁਅਲੀ ਐਡਿੰਗ ਔਨ ਟੂ 댓 ਆਈ ਊਡ ਸੇ ਕਿ ਆਨ ਵਾਲੇ ਸਾਲਾਂ ਵਿੱਚ ਉਹ ਜੰਕਯਾਰਡ ਪੰਜਾਬ ਬਣੇਗਾ ਐਂਡ ਆਈ ਥਿੰਕ ਥਰ ਸ਼ੁੱਡ ਬੀ ਅ ਪ੍ਰੋਬਲਮ ਫਾਰ ਆਲ ਆਫ ਅਸ ਸੋਲੂਸ਼ਨ ਜਿਹੜਾ ਹੈਗਾ ਸਭ ਨੇ ਕਰਕੇ ਦੇਖ ਲਿਆ ਹੈਗਾ ਚਾਹੇ ਮਲਚਿੰਗ ਹੋਏ ਚਾਹੇ ਅਸੀਂ ਕਹੀਏ ਕਿ ਉਹਨਾਂ ਅਸੀਂ ਬੇਲ ਬਣਾ ਕੇ ਬਾਹਰ ਕੰਪਨੀਆਂ ਦੇ ਕੇ ਆਵਾਂਗੇ ਆਈ ਥਿੰਕ 올댓 ਰ ਕਹਿ ਰਿਹਾ ਕਿ ਮੈਨੂੰ ਤੁਸੀਂ ਉਸ ਟਾਈਮ ਔਰ ਐਫਰਟ ਨੂੰ ਕੰਪਨਸੇਟ ਕਰ ਦਿਓ ਵਾਟ ਇਜ਼ ਰੋਂਗ ਇਨ ਦੈਟ ਜਦ ਅਸੀਂ ਡੀਏ ਦੀ ਇਨਸਟਾਲਮੈਂਟ ਹਰ ਸਾਲ ਦੇ ਸਕਦੇ ਹਾਂ 6 ਮਹੀਨੇ ਵਿੱਚ 4000 ਕਰੋੜ ਦੇ ਆਸ-ਪਾਸ ਵਾਈ ਕੈਨਟ ਵੀ ਪੇ ਥੀਸ ਫਾਰਮਰਸ ਆਲਸੋ ਆਫਟਰ ਆਲ ਸੇ ਸੋਸਾਇਟੀ ਇਜ਼ ਪ੍ਰੋਬਲਮ ਇਹ ਆਪ ਸਭ ਜਾਣਦੇ ਹੈ ਕਿ ਸੋਸਾਇਟੀ ਦਾ ਪ੍ਰੋਬਲਮ ਹੈਗਾ ਸਿਰਫ ਕੱਲੇ ਕਿਸਾਨਾਂ ਦਾ ਨਹੀਂ ਹੈਗੇ ਇਹੀ ਕਿਸਾਨ ਹੈਗੇ ਜਿਹੜੇ ਕਿ ਸਾਨੂੰ ਰਿਕਾਰਡ ਪ੍ਰੋਡਕਸ਼ਨ ਦਿੰਦੇ ਹੈਗੇ ਸਾਡਾ ਇਸ ਟਾਈਮ ਐਕਸਪੋਰਟ ਜਿਹੜਾ ਹੈਗਾ 150 ਦੇਸ਼ਾਂ ਵਿੱਚ ਜਾ ਰਿਹਾ ਹੈਗਾ ਪੈਡੀ ਦਾ ਰਾਈਸ ਦਾ ਔਰ ਜਿਹਦੇ ਵਿੱਚੋਂ 40% ਗਲੋਬਲ ਮਾਰਕੀਟ ਸਾਡੇ ਇੰਡੀਆ ਦੀ ਹੈਗੀ ਹੈ ਸੋ ਦੈਟ ਇਜ਼ ਅ ਮਾਰਕੀਟ ਵਿਚ ਇਜ਼ ਐਕਚੁਅਲੀ ਇਵੋਲਵਡ ਬਿਕਾਜ਼ ਆਫ ਦੀ ਐਫਰਟਸ ਆਫ ਦੀ ਫਾਰਮਰ ਕਿਸਾਨਾਂ ਨੇ ਮਿਹਨਤ ਕੀਤੀ ਤਾਂ ਹੀ ਤੁਹਾਡੇ ਟਰੇਡਰ ਨੇ ਉਹਨਾਂ ਨੂੰ ਐਕਸਪੋਰਟ ਕੀਤਾ ਨਾ ਸੋ ਆਈ ਥਿੰਕ ਸੋਸਾਇਟੀ ਹਾਸ ਟੂ ਹੈਵ ਅ ਕਾਈਂਡ ਆਫ ਅ ਰਿਸਪੈਕਟ ਐਂਡ ਅ ਐਸੋਸੀਏਸ਼ਨ ਵਿਦ ਦੀ ਫਾਰਮਰਸ ਐਂਡ ਫੈਕਟ ਸੋਸਾਇਟੀ ਸ਼ੁੱਡ ਸਟੈਂਡ ਵਿਦ ਦੀ ਫਾਰਮਰਸ ਇਨ ਥਿਸ ਡਿਫਿਕਲਟ ਟਾਈਮ ਇਥੇ ਗੱਲ ਹੈ ਗਿਆ ਬਹੁਤ ਸਾਰੇ ਕਿਸਾਨ ਜੋ ਪਰਾਲੀ ਨਹੀਂ ਜਨਾਂਦੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹਰਿਆਣਾ ਦੀ ਪਰਾਲੀ ਤੇ ਪੰਜਾਬ ਦੀ ਪਰਾਲੀ ਨੂੰ ਵੀ ਦੇਖਿਆ ਗਿਆ ਕਿ ਇਸ ਵਾਰ ਹਰਿਆਣਾ ਦੇ ਉੱਤੇ ਇਤਨੇ ਮਾਮਲੇ ਨਹੀਂ ਆਏ ਜਿੰਨੇ ਕਿ ਪੰਜਾਬ ਦੇ ਵਿੱਚਕਾਰ ਆ ਗਏ ਤਾਂ ਫਿਰ ਇਹਦੇ ਵਿੱਚ ਫਰਕ ਕਿਉਂ ਹੈ ਗਿਆ ਪਰ ਅਗਰ ਪਰਾਲੀ ਕਿਸਾਨਾਂ ਵੱਲੋਂ ਜਲਾਈ ਜਾਣੀ ਹੈ ਤਾਂ हरियाणा ਦੇ ਕਿਸਾਨਾਂ ਨੇ ਇਸ ਵਾਰ ਕਿਉਂ ਘਟ ਕੀਤੀ ਹੈਗੀ ਪਰਾਲੀ ਜਲਾਈ ਹੈਗੀ ਤੇ ਪੰਜਾਬ ਦੇ ਵਿੱਚ ਇੰਨੇ ਮਾਮਲੇ ਵਧ ਗਏ ਦੇਖੋ ਇਹ ਇੱਕ ਹੋਰ ਵੀ ਦਿਸ ਇਜ਼ ਅ ਇੰਟਰਸਟਿੰਗ ਐਸਪੈਕਟ ਹੋਰ ਇੱਕ ਇਹ ਵੀ ਪੁੱਛਿਆ ਗਿਆ ਮੈਂ ਹੁਣ ਪਿਛਲੇ ਹਫਤੇ ਆਈ ਵਾਸ ਇਨ ਸਾਊਥ ਇੰਡੀਆ ਉੱਥੇ ਜਿਹੜੀ ਪਰਾਲੀ ਹੁੰਦੀ ਹੈਗੀ ਉਹਨੂੰ ਉਹੀ ਤੱਕ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਸਾਡੇ ਇਥੇ ਪ੍ਰੋਬਲਮ ਜਿਹੜੀ ਹੈਗੀ ਹੈ ਪ੍ਰੋਬਲਮ ਸਭ ਅਸੀਂ ਜਾਣਦੇ ਹੈਗੇ ਹਾਂ ਉੱਥੇ ਕੀ ਕਰਦੇ ਹੈ ਕਿਸਾਨ ਉਹਨਾਂ ਨੇ ਬੇਲ ਬਣਾਏ ਹੈਗੇ ਆ ਬੇਲ ਬਣਾ ਕੇ ਆਪਣੇ ਗਊਸ਼ਾਲਾ ਤੇ ਦਿੱਤੇ ਹੈਗੇ ਆ ਜੋ ਵੀ ਕੰਮ ਕਰ ਰਹੇ ਹੈ ਉੱਥੇ ਮੋਸਟਲੀ ਦੇ ਜੋ ਅਸੀਂ ਕਰਨੇ ਹੈ ਕਿ ਪਲਾਂਟਸ ਤਾਂ ਨਹੀਂ ਹੈਗੇ ਜਿਹੜਾ ਉਹਨਾਂ ਨੂੰ ਬਾਇਓ ਡੀਕੰਪੋਜ਼ ਕਰਨਗੇ ਬਟ ਦੇ ਫੈਕਟਰ ਦੇ ਮੈਟ੍ਰਿਕਸ ਕਿ ਉੱਥੇ ਕਿਉਂ ਜਲਾਇਆ ਜਾਂਦਾ ਬਿਕੋਜ਼ ਦੇ ਹੈਵ ਅ ਲਾਰਜਰ ਵਿੰਡੋ ਉਹਨਾਂ ਕੋਲ ਤਕਰੀਬਨ ਅਗਲੀ ਕ੍ਰੌਪ ਜਿਹੜੀ ਹੈਗੀ ਉਹ ਤੇ ਵਿੱਚ 4 5 6 ਹਫ਼ਤੇ ਉਹਨਾਂ ਕੋਲ ਹੈਗੇ ਆ ਜਿਹਦੇ ਵਿੱਚ ਦੇ ਹੈਂਡਲ ਥੈਟ ਉੱਥੇ ਕਦੀ ਜਲਾਈ ਨਹੀਂ ਜਾਂਦੀ ਹੈਗੀ ਪੰਜਾਬ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੈ ਵਿੰਡੋ ਇਜ਼ ਵੈਰੀ ਸਮਾਲ ਤੁਹਾਡਾ ਸਵਾਲ ਸੀਗਾ ਹਰਿਆਣੇ ਦਾ ਪਹਿਲੀ ਗੱਲ ਤਾਂ ਤੁਸੀਂ ਹਰਿਆਣਾ ਦਾ ਤੇ ਪੰਜਾਬ ਦਾ ਰਕਬਾ ਪੈਡੀ ਦੇ ਵਿੱਚ ਦੇਖ ਲਓ ਦੇ ਹੈਵ ਅ ਵੈਰੀ ਸਮਾਲ ਪਰਸੈਂਟੇਜ ਐਸ ਕੰਪੇਅਰ ਟੂ ਹਰਿਆਣਾ ਪੰਜਾਬ ਸੋ ਇੱਕ ਤਾਂ ਤਾਂ ਉਹ ਫੈਕਟਰ ਹੈਗਾ ਦੂਜੀ ਗੱਲ ਹੈ ਕਿ ਹਰਿਆਣਾ ਨੇ ਕਿਉਂਕਿ ਛੋਟਾ ਵੀ ਰਕਬਾ ਹੈਗਾ ਉਹਨਾਂ ਨੇ ਦੋ ਤਿੰਨ ਕੰਮ ਅੱਛੇ ਕੀਤੇ ਹੈਗੇ ਉਹ ਇੱਕ ਤਾਂ 1000 ਰੁਪਿਆ ਪਰ ਏਕੜ ਦੇ ਰਿਹਾ ਹੈਗੇ ਕਿਸਾਨਾਂ ਨੂੰ ਜਿਨ੍ਹਾਂ ਨੇ ਨਈ ਜਲਾਈ ਹੈਗੀ ਉਹਦੇ ਇਲਾਵਾ ਉਹਨਾਂ ਦੇ ਹੋਰ ਵੀ ਕੰਪੋਨੈਂਟਸ ਹੈਗੇ ਕਿ 50 ਰੁਪਏ ਤੁਹਾਨੂੰ ਬੇਲ ਬੇਲ ਬਣਾਉਣ ਵਾਸਤੇ ਦੇਵਾਂਗੇ ਤੁਹਾਨੂੰ ਇਨਸੈਂਟਿਵ ਹੈ ਕਿ ਅਗਰ ਤੁਸੀਂ ਬੇਲ ਬਣਾ ਕੇ ਛੱਡ ਕੇ ਆਂਦੇ ਹੋਗੇ ਕਿਸੇ ਥਰਮਲ ਪਲਾਂਟ ਜਾਂ ਜੋ ਵੀ ਪਲਾਂਟ ਲੱਗ ਰਹੇ ਹੈਗੇ ਉਹਨਾਂ ਦੇ ਕੋਲ ਤੋਂ ਤੁਹਾਨੂੰ 2000 ਮਿਲਣਗੇ ਜੇ ਤੁਸੀਂ ਗਊਸ਼ਾਲਾ ਛੱਡ ਕੇ ਆਓਗੇ ਤਾਂ 1500 ਰੁਪਏ ਮਿਲਣਗੇ ਆਈ ਥਿੰਕ ਥੀਸ ਆਰ ਦੀ ਕਾਈਂਡ ਆਫ ਇਨਸੈਂਟਿਵਸ ਪੰਜਾਬ ਵੀ ਅਸੀਂ ਗੱਲਾਂ ਬਹੁਤ ਕੀਤੀਆਂ ਹੈਗੀਆਂ ਕਿ ਅਸੀਂ 2.5 ਹਜ਼ਾਰ ਰੁਪਏ ਦਾ ਪਰ ਏਕੜ ਦੇਵਾਂਗੇ ਕਿਸਾਨਾਂ ਨੂੰ ਬਟ ਰਿਐਲਿਟੀ ਇਜ਼ ਕਿ ਅਗਰ ਤੁਹਾਡਾ ਦਿੱਲੀ ਸਰਕਾਰ ਔਰ ਪੰਜਾਬ ਦੀ ਸਰਕਾਰ ਸੈਂਟਰ ਨੇ ਨਹੀਂ ਦਿੱਤਾ ਤੁਸੀਂ 1000 ਤੁਸੀਂ ਚਲ 2500 ਰੁਪਏ ਦੀ ਬਾਤ ਹੀ ਗੱਲ ਹੈ ਤੁਸੀਂ 1000 ਤਾਂ ਦੇ ਦਿਓ ਯਕਿਨ ਤੁਸ ਪਹਿਲੇ ਕਿਹਾ ਸੀ ਇੱਕ ਮਿਟ ਕੀਤਾ ਸੀਗਾ 500 ਅਸੀਂ ਪਾਵਾਂਗੇ 500 ਪਾਣਗੇ ਸੋ ਲੈਟ ਅਸ ਡੂ ਥੈਟ ਕਿਤੇ ਤੱਕ ਸਟਾਰਟ ਕਰੀਏ ਦੂਜੀ ਗੱਲ ਹੈ ਕਿ ਬਈ ਇਹ ਤੁਹਾਡੀ ਜਿਹੜੀ ਗੱਲ ਹੈ ਕਿ ਬਈ ਕੁਝ ਲੋਕ ਨਹੀਂ ਜਲਾਉਂਦੇ ਇਟਸ ਇਟਸ ਟਰੂ ਕੁਝ ਲੋਕੀ ਬੜੇ ਆਪਣੇ ਤਰੀਕੇ ਨਾਲ ਮੈਨੇਜ ਕਰਦੇ ਹੈਗੇ ਆ ਵਾਟ ਏਵਰ ਰੀਜ਼ਨਸ ਉਹਨਾਂ ਨੇ ਕਿਤਾ ਹੈਗਾ ਔਰ ਉਹ ਲੋਕਾਂ ਨੂੰ ਸਿੱਖਣਾ ਚਾਹੀਦਾ ਆਈ ਥਿੰਕ 올 ਆਫ ਅਸ ਆਰ ਫੈਡ ਅਪ ਵਿਦ ਦਿਸ ਟਬਲ ਪੋਲੂਸ਼ਨ ਉਹ ਸਿੱਖਣਾ ਚਾਹੀਦਾ ਪਰ ਉਹ ਵੀ ਇੱਕ ਪ੍ਰੋਬਲਮ ਹੈਗਾ ਕਿ ਤੁਸੀਂ ਉਹਨਾਂ ਨੂੰ ਪ੍ਰੋਬਲਮ ਉਹਨਾਂ ਨੂੰ ਦੇਖ ਕੇ ਤੁਸੀਂ ਕਹੋ ਜੀ ਕਿ ਸਾਰੇ ਕਿਸਾਨਾਂ ਨੂੰ ਕਰਨਾ ਹੋਏ ਆਈ ਡੋਨਟ ਥਿੰਕ ਸਾਰਾ ਛੋਟਾ ਕਿਸਾਨ ਜਿਹੜਾ ਹੈਗਾ ਉਹਦੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹਨੂੰ ਉਹ ਮੈਨੇਜ ਕਰ ਪਾਏ ਸੋ ਉਹਨਾਂ ਨੂੰ ਬੈਸਟ ਹੈ ਕਿ ਤੀਲੀ ਲਗਾਓ ਔਰ ਆਪਣਾ ਜਿਹੜਾ ਪ੍ਰੋਬਲਮ ਤੋਂ ਆਪਣੇ ਫਾਰਿਕ ਹੋ ਜਾਓ ਪਰ ਮੈਨੂੰ ਲੱਗਦਾ ਕਿ ਯੈਸ ਯੂ ਆਰ ਰਾਈਟ ਆਈ ਥਿੰਕ ਵੀ ਹੈਵ ਟੂ ਡੂ ਸਮਥਿੰਗ ਬਿਯੋਂਡ ਪੋਲਿਟਿਕਸ ਬਿਯੋਂਡ ਬਲੇਮਿੰਗ ਈਚ ਅਦਰ ਟੂ ਟੂ ਟੇਕ ਅ ਲੌਂਗ ਟਰਮ ਸੋਲੂਸ਼ਨ ਦੇ ਉਸ ਦੇ ਵਿਚਕਾਰ ਜੇ ਹੈ ਸੋਲਿਊਸ਼ਨ ਜੇ ਹੈ ਕਦ ਨਜ਼ਰ ਆਉਂਦਾ ਕਿਉਂਕਿ ਕਿਤਨਾ ਕਿਤੇ ਕਿਸਾਨ ਜੋ ਅੰਨ ਦਾਤਾ ਹੈ ਉਸ ਦੀ ਵੀ ਮੁਸੀਬਤ ਹੈ ਗਿਆ ਰਕਬਾ ਜ਼ਿਆਦਾ ਹੈਗਾ ਤੇ ਉਸ ਰਕਬੇ ਦੇ ਵਿਚਕਾਰ ਕਿੰਨੇ ਕੁ ਰੋਲ ਪ੍ਰਾ ਲਈਏ ਹੈ ਸਾਰ ਸਕਦੇ ਨੇ ਤੇ ਕਿੰਨਾਂ ਨੂੰ ਮਜਬੂਰੀ ਦੇ ਵਿਚਕਾਰ ਪ੍ਰਾਲੀ ਸਾਲਣੀ ਪੈ ਰਹੀ ਹੈ ਇਹ ਸਮਝਣਾ ਜ਼ਰੂਰੀ ਹੋਏਗਾ ਰਕਬਾ ਹਰਿਆਣਾ ਦੇ ਵਿਚਕਾਰ ਘਟ ਹੈ ਪੰਜਾਬ ਦੇ ਵਿਚਕਾਰ ਜ਼ਿਆਦਾ ਹੈ ਤੇ ਬਹੁਤ ਸਾਰੀ ਚੀਜ਼ਾਂ ਨੂੰ ਸਮਝਦੇ ਹੋਏ ਕਿਸਾਨਾਂ ਦਾ ਸਾਥ ਜੇ ਹੈ ਉਹ ਦੇਣਾ ਪਊਗਾ ਕੈਮਰਾਮੈਨ ਦੀਪਕ ਦੇ ਨਾਲ ਨਿਰੂਪ ਚਲਵਾਨ ਡੈਨਿਕਸ ਵਿਰਾ ਟੀਵੀ